ਹਾਂਜੀ ਸਟੂਡੈਂਟ ਵੈਲਕਮ ਟੂ ਆਲ ਆਫ ðiਸ ਵਕਤ ਤੋਂ ਆਪਣੇ ਚੈਨਲ ਦੇ ਵਿੱਚ ਔਰ ਅੱਜ ਦਾ ਜਿਹੜਾ ਟੌਪਿਕ ਰਹੇਗਾ ਆਪਣਾ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਤਾਪਮਾਨ ਵਾਲਾ ਟੈਂਪਰੇਚਰ ਵਾਲਾ ਜਿਹੜਾ ਕਿ ਆਪਾਂ ਪਿੱਛੇ ਕੀਤਾ ਸੀ ਆ ਪਿੱਛੇ ਆਪਾਂ ਨਹੀਂ ਕੀਤਾ ਸੀ ਕਹਿੰਦਾ ਉਹ ਜਿਹੜਾ ਪਿੱਛੇ ਆਪਾਂ ਲੈਕਚਰ ਕੀਤਾ ਸੀ ਬਾਜ਼ੂ ਮੰਡਲ ਵਾਲਾ ਬਾਜ਼ੂ ਮੰਡਲ ਵਾਲੇ ਲੈਕਚਰ 'ਚ ਇੱਕ ਚੀਜ਼ ਉਹਨੂੰ ਨੋਟ ਕਰਾਈ ਸੀ ਉਹ ਤੁਸੀਂ ਨੋਟ ਕਰ ਲਿਓ ਥੋੜੀ ਉੱਥੇ ਇੱਕ ਮਿਸਟੇਕ ਸੀ ਕਿ ਆਪਾਂ ਕਿਹਾ ਸੀ ਕਿ ਧਰਤੀ ਦੇ ਦੁਆਲੇ ਜਿਹੜਾ ਹਵਾ ਦਾ ਗਲਾਫ ਹੈ ਜਦੋਂ ਲੈਕਚਰ ਸ਼ੁਰੂ ਕੀਤਾ ਸੀ ਧਰਤੀ ਦੇ ਦੁਆਲੇ ਜਿਹੜਾ ਹਵਾ ਦਾ ਗਲਾਫ ਹੈ ਉਹ ਕਿੰਨਾ ਆਪਾਂ 1600 ਕਿਲੋਮੀਟਰ ਮੰਨਦੇ ਹਾਂ ਉਸ ਨੂੰ ਕਿੰਨਾ 1600 ਕਿਲੋਮੀਟਰ ਪਰ ਉੱਥੇ ਜਿਹੜਾ ਮੈਂ ਤੁਹਾਨੂੰ ਸਿਰਫ 16 ਕਿਲੋਮੀਟਰ ਹੀ ਕਰਾ ਦਿੱਤਾ ਸੀ ਕੱਲਾ ਕੱਲਾ 1600 ਕਿਲੋ ਕਿਲੋਮੀਟਰ ਨਹੀਂ ਹੈਗਾ 1600 ਕਿਲੋਮੀਟਰ ਹੈ ਜੋ ਧਰਤੀ ਦਾ ਧਰਤੀ ਦੇ ਆਲੇ ਦੁਆਲੇ ਹਵਾ ਦਾ ਗਲਾਫ ਹੈ ਜਾਂ ਬਾਜੂ ਮੰਡਲ ਦਾ ਗਲਾਫ ਹੈ ਉਸੇ ਗਲਾਫ ਨੂੰ ਬਹਵਾ ਦੇ ਨੂੰ ਜੋ 1600 ਕਿਲੋਮੀਟਰ ਧਰਤੀ ਦੇ ਆਲੇ ਦੁਆਲੇ ਫੈਲਿਆ ਉਸ ਨੂੰ ਬਾਜੂ ਮੰਡਲ ਕਹਿੰਦੇ ਆ ਸੋ ਉਹ ਕਲੀਅਰ ਕਰ ਲਿਓ ਪਿਛਲੇ ਲੈਕਚਰ ਦੇ ਵਿੱਚ ਜੋ ਆਪਾਂ ਕੀਤਾ ਸੀਗਾ ਸੋ ਅੱਜ ਦਾ ਆਪਣਾ ਟੌਪਿਕ ਹੈ ਜਿਹੜਾ ਆਪਾਂ ਕਰਨਾ ਹੈਗਾ ਤਾਪਮਨ तापमान ਜਿਸ ਨੂੰ ਅਪਾ ਕੀ ਬੋਲਦੇ ਨੇ ਟੈਂਪਰੇਚਰ ਅੱਜ ਦਾ ਟੌਪਿਕ ਹੈ ਤਾਪਮਾਨ ਠੀਕ ਹੈ ਤਾਪਮਾਨ ਦਾ ਮਤਲਬ ਕੀ ਹੁੰਦਾ ਟੈਂਪਰੇਚਰ ਤਾਪਮਾਨ ਵੈਸੇ ਹੈ ਕੀ ਹੈ ਸਭ ਤੋਂ ਪਹਿਲਾਂ ਇਹਦੀ ਇੱਕ ਸਿੰਪਲ ਜੀ ਪਰਿਭਾਸ਼ਾ ਹੁੰਦੀ ਹੈ ਕਿ ਕਿਸੇ ਜੀਵ ਕਿਸੇ ਜੀਵ ਜਾਂ ਜੀਵ ਜਾਂ ਹਵਾ ਅੰਦਰਲੀ ਗਰਮੀ ਜੀਵ ਜਾਂ ਹਵਾ ਦੇ ਅੰਦਰਲੀ ਗਰਮੀ ਉਸ ਨੂੰ ਅਸੀਂ ਤਾਪਮਾਨ ਕਹਿੰਦੇ ਹਾਂ ਠੀਕ ਹੈ ਹਰ ਇੱਕ ਜੀਵ ਦਾ ਵੀ ਤਾਪਮਾਨ ਹੁੰਦਾ ਆਪਾਂ ਨੂੰ ਪਤਾ ਕਿੰਨੇ ਸੈਲਸੀਅਸ ਡਿਗਰੀ ਹੁੰਦਾ ਫਾਰਨਹਿਟ ਕਿੰਨਾ ਦਾ ਉਹ ਵੀ ਗੱਲ ਕਰਾਂਗੇ ਤਾਂ ਜਾਂ ਹਵਾ ਦੇ ਵਿੱਚ ਜਿਹੜੀ ਗਰਮੀ ਹੁੰਦੀ ਹੈ ਉਸ ਨੂੰ ਅਸੀਂ ਤਾਪਮਾਨ ਬੋਲਦੇ ਹਾਂ ਤਾਂ ਤਾਪਮਾਨ ਨੂੰ ਮਾਪਣ ਵਾਸਤੇ ਪੈਮਾਨਾ ਹੁੰਦਾ ਹੈ ਤਾਪਮਾਨ ਨੂੰ ਮਾਪਣ ਵਾਸਤੇ ਦੋ ਤਰ੍ਹਾਂ ਦੇ ਪੈਮਾਨੇ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਤਾਪਮਾਨ ਦੀ ਪੈਮਾਨਾ ਪੈਮਾਨੇ ਨੂੰ ਦੋ ਤਰ੍ਹਾਂ ਦੇ ਤਰੀਕੇ ਨਾਲ ਵੰਡ ਲੈਂਦਾ ਜਿਹੜਾ ਤਾਪਮਾਨ ਵਾਸਤੇ ਪੈਮਾਨਾ ਦੇਖੋ ਇੱਕ ਤਾਂ ਜਾਂਦਾ ਫਾਰਨ ਹੀਟ ਤੇ ਪੈਮਾਨਾ ਠੀਕ ਹੈ ਫਾਰਨ ਹੀਟ ਔਰ ਦੂਸਰਾ ਪੈਮਾਨਾ ਆਇੰਦਾ ਸੈਲਸੀਅਸ ਤੇ ਦੂਸਰਾ ਪੈਮਾਨਾ ਆਇੰਦਾ ਸੈਲਸੀਅਸ ਸੈਲਸੀਅਸ ਠੀਕ ਹੈ ਤਾਂ ਇਹਦੇ ਵਿੱਚ ਆਪਾਂ ਗੱਲ ਕਰ ਲਈ ਤਾਂ ਫਾਰਨ ਹੀਟ ਜਿਹੜਾ ਇਹਦੇ ਵਿੱਚ ਆਪਾਂ ਨੂੰ ਕਿੰਨੇ ਫਾਰਨ ਹੀਟ ਤੇ ਜਿਹੜਾ ਤਾਪਮਾਨ ਕਿਸ ਤਰ੍ਹਾਂ ਰਹਿੰਦਾ ਹੈ ਜਾਂ ਕਿੰਨੇ ਤੇ ਜਮਾਓ ਦਰਜਾ ਹੁੰਦਾ ਕਿੰਨੇ ਤੇ ਉਬਾਲ ਦਰਜਾ ਹੁੰਦਾ ਮੇਨ ਕੋਰਤੇ ਤਾਪਮਾਨ ਦੇ ਦੋ ਹੀ ਦਰਜੇ ਦੇਖੇ ਜਾਂਦੇ ਆ ਆਪਾਂ ਦੇਖਿਆ ਜਾਵੇ ਕਿ 32 ਡਿਗਰੀ 32 ਡਿਗਰੀ ਫਾਰਨਹੀਟ ਤੇ 32 ਡਿਗਰੀ ਫਾਰਨਹੀਟ ਤੇ ਪਾਣੀ ਜੰਮ ਜਾਂਦਾ ਭਾਵ ਬਰਫ਼ ਬਣ ਜਾਂਦਾ ਠੀਕ ਹੈ ਪਾਣੀ ਜੰਮ ਜਾਂਦਾ ਕਿੰਨੇ ਤੇ 32 ਡਿਗਰੀ ਫਾਰਨਹੀਟ ਤੇ ਔਰ 212 ਡਿਗਰੀ ਫਾਰਨਹੀਟ ਤੇ 212 ਡਿਗਰੀ ਫਾਰਨਹੀਟ ਜਦੋਂ ਤਾਪਮਾਨ ਹੋ ਜਾਂਦਾ ਫਾਰਨਹੀਟ ਵਿੱਚ ਦੇਖੀਏ ਜੇ ਤਾਪਮਾਨ ਨੂੰ ਤਾਂ ਪਾਣੀ ਉਬਲਦਾ ਹੈ ਉਬਲਦਾ ਹੈ ਪਾਣੀ ਠੀਕ ਹੈ ਇਸੇ ਤਰ੍ਹਾਂ ਸੈਲਸੀਅਸ ਪੈਮਾਨੇ ਦੀ ਗੱਲ ਕਰੀਏ ਤਾਂ 0 ਡਿਗਰੀ ਸੈਲਸੀਅਸ ਤੇ 0 ਡਿਗਰੀ ਸੈਲਸੀਅਸ ਤੇ ਕੀ ਹੁੰਦਾ ਹੈ ਪਾਣੀ ਜੰਮ ਜਾਂਦਾ ਠੀਕ ਹੈ ਪਾਣੀ برف ਬਣ ਜਾਂਦਾ ਕਹਿਣ ਦਾ ਮਤਲਬ ਪਾਣੀ برف ਬਣ ਜਾਂਦਾ 0 ਡਿਗਰੀ ਸੈਲਸੀਅਸ ਤੇ ਪਰ 37 ਡਿਗਰੀ ਸੈਲਸੀਅਸ ਅ ਸੌਰੀ ਮਾਫ ਕਰਨਾ 100 ਡਿਗਰੀ 100 ਡਿਗਰੀ 100 ਡਿਗਰੀ ਸੈਲਸੀਅਸ ਤੇ ਜਿਹੜਾ ਪਾਣੀ ਐ ਉਹ ਉਬਲਦਾ 100 ਡਿਗਰੀ ਸੈਲਸੀਅਸ ਤੇ ਉਬਲਦਾ ਹੁਣ ਜਿਹੜਾ 37 ਡਿਗਰੀ ਉਹ ਬੋਲਿਆ ਸੀ ਕਿ ਉਹ ਮਨੁੱਖ ਦਾ ਜਿਹੜਾ ਆ ਨਾਰਮਲ ਤਾਪਮਾਨ ਹੁੰਦਾ ਉਹ ਤਾਂ ਬੋਲਿਆ ਗਿਆ ਸੀ ਠੀਕ ਐ ਤਾਂ ਇਹ ਤੁਸੀਂ ਸਮਝ ਗਏ ਕਿ ਤਾਪਮਾਨ ਨੂੰ ਮਾਪਣ ਵਾਸਤੇ ਦੋ ਤਰ੍ਹਾਂ ਦੇ ਪੈਮਾਨੇ ਹੁੰਦੇ ਆ ਫਾਰਨਹੀਟ ਤੇ ਸੈਲਸੀਅਸ ਜੇ ਫਾਰਨਹੀਟ ਤੇ ਦੇਖਿਆ ਜਾਵੇ ਤਾਂ 32 ਡਿਗਰੀ 32 ਡਿਗਰੀ ਫਾਰਨਹੀਟ ਤੇ ਪਾਣੀ ਜੰਮਣ ਲੱਗ ਜਾਂਦਾ ਫਾਰਨਹੀਟ ਤੇ 32 ਡਿਗਰੀ ਤੇ ਜੰਮਦਾ ਔਰ ਸੈਲਸੀਅਸ ਦੀ ਗੱਲ ਕਰੀਏ ਤਾਂ 0 ਡਿਗਰੀ ਸੈਲਸੀਅਸ ਤੇ ਪਾਣੀ ਜੰਮ ਜਾਂਦਾ ਔਰ ਉਬਲ ਆਵਾਰ ਦਰਜੇ ਦੀ ਗੱਲ ਕਰੀਏ ਤਾਂ ਫਾਰਨਹੀਟ ਦੇ ਪੈਮਾਨੇ ਤੇ ਦੇਖੀ ਤਾਂ 212 ਡਿਗਰੀ ਫਾਰਨਹੀਟ ਤੇ ਪਾਣੀ ਉਬਲਣ ਲੱਗ ਜਾਂਦਾ ਹੈ ਔਰ ਸੈਲਸੀਅਸ ਤੇ ਜਿਹੜਾ ਪੈਮਾਨਾ ਹੁੰਦਾ ਹੈ 100 ਡਿਗਰੀ ਸੈਲਸੀਅਸ ਤੇ ਪਾਣੀ ਉਬਲਣ ਲੱਗ ਜਾਂਦਾ ਠੀਕ ਹੈ ਇੱਥੇ ਤੇ ਤੁਹਾਨੂੰ ਕਲੀਅਰ ਸਮਝ ਲੱਗਿਆ ਹੋ ਗਿਆ ਕਿ ਤਾਪਮਾਨ ਹੈ ਕੀ ਹੈ ਔਰ ਤਾਪਮਾਨ ਬੋਲਦੇ ਕਿ ਨੂੰ ਕਿਸੇ ਵੀ ਜੀਵ ਜਾਂ ਹਵਾ ਵਿੱਚਲੀ ਜਿਹੜੀ ਗਰਮੀ ਉਸ ਨੂੰ ਤਾਪਮਾਨ ਬੋਲਦੇ ਹਨ ਤਾਪਮਾਨ ਨੂੰ ਦੋ ਪੈਮਾਨਿਆਂ ਨਾਲ ਹੀ ਮਾਪਿਆ ਜਾਂਦਾ ਤਾਪਮਾਨ ਦੀ ਜ਼ਰੂਰਤ ਕਿਉਂ ਪੈਂਦੀ ਹੈ ਜ਼ਰੂਰਤ ਕਿਉਂ ਪੈਂਦੀ ਹੈ ਠੀਕ ਹੈ ਤਾਂ ਇਹ ਵੀ ਅੱਗੇ ਤੁਹਾਨੂੰ ਤਾਪ ਸਾਡੇ ਲਈ ਬਹੁਤ ਜ਼ਰੂਰੀ ਆ ਅਸੀਂ ਭੋਜਨ ਪਕਾਉਣੇ ਆ ਤਾਪਮਾਨ ਦੁਆਰਾ ਠੀਕ ਹੈ ਹੋਰ ਸਾਡੇ ਸਰੀਰ ਨੂੰ ਵੀ ਗਰਮੀ ਚਾਹੀਦੀ ਏ ਸਾਡੇ ਸਰੀਰ ਦੇ ਵਿੱਚ ਜਿਹੜੀ એનર્ਜੀ ਪੈਦਾ ਹੁੰਦੀ ਆ ਉਹ ਤਾਪਮਾਨ ਨਾਲ ਹੀ ਪੈਦਾ ਹੁੰਦੀ ਆ ਅਸੀਂ ਚੱਲ ਫਿਰ ਸਕਦੇ ਆ ਠੀਕ ਹੈ ਸਾਡੇ ਸਰੀਰ 'ਚ ਫੇਰ ਹੀ ਅਸੀਂ ਚੱਲ ਫਿਰ ਸਕਦੇ ਆ ਇਸ ਲਈ ਤਾਪਮਾਨ ਬਹੁਤ ਜ਼ਰੂਰੀ ਹੁੰਦਾ ਤਾਪਮਾਨ ਦੇ ਸੂਮੇ ਕਿਹੜੇ ਨੇ ਹੁਣ ਜਿਹੜਾ ਤਾਪਮਾਨ ਆ ਪ੍ਰਾਪਤ ਕਿੱਥੋਂ ਹੁੰਦਾ ਚਾਹੇ ਮਨੁੱਖ ਪ੍ਰਾਪਤ ਕਰਦਾ ਚਾਹੇ ਹਵਾ ਦੇ ਵਿੱਚ ਤਾਪਮਾਨ ਹੁੰਦਾ ਤਾਂ ਤਾਪਮਾਨ ਦੇ ਸੂਮੇ ਹੁੰਦੇ ਆ ਕੁਝ ਠੀਕ ਹੈ ਤਾਪਮਾਨ ਦੇ ਸੂਮੇ ਤਾਪਮਾਨ ਦੇ ਸੋਮੇ ਕਿਹੜੇ ਨੇ ਉਹ ਤੁਸੀਂ ਧਿਆਨ ਨਾਲ ਲੋ ਮੰਨ ਲਓ ਤਾਪਮਾਨ ਦੇ ਦੋ ਸੋਮੇ ਨੇ ਠੀਕ ਹੈ ਇੱਕ ਤਾਂ ਸੂਰਜ ਸੂਰਜ ਤੋਂ ਤਾਪਮਾਨ ਪ੍ਰਾਪਤ ਹੁੰਦਾ ਔਰ ਇੱਕ ਧਰਤੀ ਦੀ ਗਰਮਾਟ ਤੋਂ ਧਰਤੀ ਦੀ ਗਰਮਾਹਟ ਗਰਮਾਹਟ ਆ ਦੇਖਿਆ ਨੇ ਜਿਹੜੇ ਡੂੰਘੇ ਬੋਰ ਲੱਗੇ ਹੋਏ ਆ 1000 ਫੁੱਟ ਤੇ 1500 ਫੁੱਟ ਤੇ ਉਹਨਾਂ ਦੇ ਵਿੱਚੋਂ ਜਿਹੜਾ ਧਰਤੀ ਚੋਂ ਪਾਣੀ ਨਿਕਲੋ ਗਰਮ ਹੁੰਦਾ ਧਰਤੀ ਦੇ ਅੰਦਰ ਵੀ ਜਿਹੜਾ ਤਾਪਮਾਨ ਹੁੰਦਾ ਠੀਕ ਹੈ ਤੋ ਇਹ ਚੀਜ਼ ਤੁਹਿਆ ਰੱਖਿਓ ਕਿ ਤਾਪਮਾਨ ਦੇ 200 ਮੇ ਸੂਰਜ ਹੈ ਜਾਂ ਸੂਰਜ ਦੀਆਂ ਕਿਰਨਾਂ ਦੁਆਰਾ ਤਾਪਮਾਨ ਪੈਦਾ ਹੁੰਦਾ ਜਾਂ ਧਰਤੀ ਦੀ ਗਮਰਾਹਟ ਦੁਆਰਾ ਠੀਕ ਹੈ ਸੋ ਅੱਗੇ ਜਿਹੜਾ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਇਹ ਚੀਜ਼ ਨੂੰ ਤੁਸੀਂ ਧਿਆਨ ਨਾਲ ਸੁਣ ਲਿਓ ਇੱਥੋਂ ਜਿਹੜਾ ਕੁਐਸਚਨ ਡਾਇਰੈਕਟ ਬਣਦਾ ਹੈ ਤਾਪਮਾਨ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਤਾਪਮਾਨ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਭਾਵਿਤ ਕਰਨ ਵਾਲੇ ਕਰਨ ਵਾਲੇ ਤੱਤ ਤਾਪਮਾਨ ਨੂੰ ਕੌਣ ਪ੍ਰਭਾਵਿਤ ਕਰਦਾ ਹੈ ਇਹ ਆਪਾਂ ਬਹੁਤ ਹੀ ਇਪੋਰਟੈਂਟ ਚੀਜ਼ ਆ ਇੱਕ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਇਸ ਨੂੰ ਕਲੀਅਰ ਕਰਾਂਗੇ ਤਾਂ ਆਪਾਂ ਨੂੰ ਪਤਾ ਤਾਪਮਨ ਪ੍ਰਭਾਵਿਤ ਕਿਵੇਂ ਹੁੰਦਾ ਤੁਹਾਨੂੰ ਪਤਾ ਲੱਗਦਾ ਕਿ ਕਿਸੀ ਜਗ੍ਹਾ ਤਾਪਮਨ ਜ਼ਿਆਦਾ ਹੁੰਦਾ ਕਿਸੇ ਦਾ ਘੱਟ ਹੁੰਦਾ ਸਾਰੀ ਜਗ੍ਹਾ ਤੇ ਇੱਕੋ ਹੀ ਆ ਤਾਪਮਨ ਨਹੀਂ ਜੰਮੂ ਕਸ਼ਮੀਰ ਚ ਵਗਜੋ ਪਹਾੜਾਂ ਜਿਹਾ ਤਾਪਮਨ ਘੱਟ ਹੁੰਦਾ ਉੱਥੇ ਹਾਂ ਸਮੁੰਦਰ ਦੇ ਨਜ਼ਦੀਕ ਵਗਜੋ ਤਾਪਮਨ ਸਾਮ ਹੋ ਜਾਂਦਾ ਜੇ ਆਪਾਂ ਕਿਸੇ ਹੋਰ ਇਲਾਕਿਆਂ ਚ ਲਈਏ ਕੈਨੇਡਾ ਅਮਰੀਕਾ ਜਿਹੜੇ ਦੇਸ਼ ਆ ਕੰਟਰੀਆਂ ਉਹ ਠੰਡੀਆਂ ਕੰਟਰੀਆਂ ਨੇ ਹੜ ਇਹ ਫਰਕ ਹੈ ਅਫਰੀਕਾ ਚ ਲਾਂਗੇ ਤਾਂ ਤਾਪਮਨ ਬਹੁ ਦਾ ਤਾਪਮਾਨ ਨੂੰ ਪ੍ਰਭਾਵਿਤ ਕਰਨ ਵਾਲੇ ਕੁਝ ਕਾਰਕ ਹੁੰਦੇ ਆ ਜਾਂ ਕਾਰਨ ਹੁੰਦੇ ਨੇ ਤਾਪਮਾਨ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਲਿਖ ਲਓ ਇੱਥੇ ਠੀਕ ਹੈ ਜਾਂ ਤਾਪਮਾਨ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਕਹਿ ਸਕਦੇ ਆ ਤਾਂ ਤੱਤ ਕਿਹੜੇ ਨੇ ਨੰਬਰ 1 ਤਾਪਮਾਨ ਨੂੰ ਸਭ ਤੋਂ ਪਹਿਲਾਂ ਕੌਣ ਪ੍ਰਭਾਵਿਤ ਕਰਦਾ ਹੈ ਤਾਪਮਾਨ ਨੂੰ ਭੂਮੱਧ ਰੇਖਾ ਤੋਂ ਦੂਰੀ ਭੂਮੱਧ ਰੇਖਾ ਤੋਂ ਦੂਰੀ ਇਹ ਚੀਜ਼ ਪ੍ਰਭਾਵਿਤ ਕਰਦੀ ਹੈ ਤਾਪਮਾਨ ਕਿਵੇਂ ਕਰਦੀ ਹੈ ਉਹ ਤੁਹਾਨੂੰ ਦੱਸਾਂਗੇ ਦੂਸਰਾ ਸਮੁੰਦਰ ਸਮੁੰਦਰ ਤਲ ਤੋਂ ਉਚਾਈ ਕਿਸੇ ਖੇਤਰ ਦੀ ਨਾਲ ਲਿਖਣ ਦੀ ਜਰੂਰਤ ਨਹੀਂ ਪਤਾ ਲੱਗ ਜੂ ਬਾਅਦ ਤੁਹਾਨੂੰ ਸਮੁੰਦਰ ਤਲ ਤੋਂ ਉਚਾਈ ਸਮੁੰਦਰ ਤੋਂ ਦੂਰੀ ਕਿਸੇ ਵੀ ਖੇਤਰ ਦੀ ਠੀਕ ਹੈ ਸਮੁੰਦਰ ਤੋਂ ਦੂਰੀ ਦੂਰੀ ਇਹ ਵੀ ਤਾਪਮਨ ਨੂੰ ਪ੍ਰਭਾਵਿਤ ਕਰਦੀ ਹੈ ਉਸ ਤੋਂ ਬਾਅਦ ਧਰਤੀ ਦੀ ਸਤ੍ਹਾ ਦੀ ਕਿਸਮ ਠੀਕ ਹੈ ਜਿਆਦਾ ਸਿੱਧਾ ਹੀ ਲਿਖਦੇ ਨੇ ਧਰਤੀ ਹੀ ਸਤਾ ਦੀ ਕਿਸਮ ਇਹ ਵੀ ਤਾਪਮਾਨ ਨੂੰ ਕੀ ਕਰਦੀ ਹੈ ਪ੍ਰਭਾਵਿਤ ਕਰਦੀ ਹੈ ਹੋਰ ਤਾਪਮਾਨ ਨੂੰ ਕੀ ਪ੍ਰਭਾਵਿਤ ਕਰਦਾ ਹੈ ਢਲਾਣਾ ਜਾਂ ਰੁੱਖ ਢਲਾਣਾ ਦਾ ਰੁੱਖ ਢਲਾਣਾ ਦਾ ਰੁੱਖ ਦਾ ਮਤਲਬ ਸਮਝਦੇ ਤੁਸੀਂ ਵੀ ਜਿਹੜੀਆਂ ਢਲਾਣਾ ਨੇ ਉਹ ਕਿਸ ਤਰ੍ਹਾਂ ਦੀਆਂ ਕਿਸੇ ਖੇਤਰ ਦੀਆਂ ਪਹਾੜੀ ਢਲਾਣਾ ਦਾ ਰੁੱਖ ਕਹਿ ਸਕਦੇ ਹਾਂ ਇਸ ਤੋਂ ਇਲਾਵਾ ਹੋਰ ਚੀਜ਼ ਕੀ ਹੈ ਬੱਦਲ ਤੇ ਵਰਖਾ ਬੱਦਲ ਤੇ ਵਰਖਾ ਬੱਦਲ ਤੇ ਵਰਖਾ ਇਹੀ ਤਾਪਮਨ ਨੂੰ ਕੀ ਕਰਦੇ ਹੈ ਪ੍ਰਭਾਵਿਤ ਕਰਦਾ ਤਾਂ ਸਮੁੰਦਰੀ ਧਰਾਮਾ ਸਮੁੰਦਰੀ ਧਰਾਮਾ ਇਹ ਬਹੁਤ ਇੰਪੋਰਟੈਂਟ ਟਾਪਿਕ ਆ ਸਮੁੰਦਰੀ ਧਰਾਮਾ ਕਿਹੜੀ ਕਿਹੜੀ ਸਮੁੰਦਰੀ ਧਰਾਮਾ ਗਰਮ ਹੁੰਦੀਆਂ ਠੰਡੀਆਂ ਹੁੰਦੀਆਂ ਠੀਕ ਆ ਜਿੱਥੇ ਠੰਡੀਆਂ ਧਰਾਮਾ ਹੋਣਗੀਆਂ ਉੱਥੇ ਤਾਪਮਨ ਘੱਟ ਹੋਊਗਾ ਜਿੱਥੇ ਗਰਮ ਧਰਾਮਾ ਹੋਣਗੇ ਤਾਪਮਨ ਵੱਧ ਹੋਊਗਾ ਤਾਂ ਇਹਨਾਂ ਧਰਾਮਾ ਬਾਰੇ ਡਿਟੇਲ ਚ ਵੀ ਪੜਾਂਗੇ ਤਾਂ ਇਹਨਾਂ ਬਾਰੇ ਥੋੜਾ ਥੋੜਾ ਸੁਣ ਲਓ ਸਭ ਤੋਂ ਪਹਿਲਾਂ ਜਿਹੜੀ ਆਪਣੇ ਕੋਲੇ ਭੂਮੱਧ ਰੇਖਾ ਤੋਂ ਦੂਰੀ ਆ ਮੰਨ ਲਓ ਕੋਈ ਵੀ ਖੇਤਰ ਹੈ ਮੈਂ ਤੁਹਾਨੂੰ ਅੱਗੇ ਦਿਖਾਉਣਾ ਹੈ ਭੂਮੱ ਦੂਰੀ ਕਿਵੇਂ ਤਾਪਮਨ ਉਪਰਭਾਵਤ ਕਰਦੀ ਹੈ ਠੀਕ ਹੈ ਘੂਮਦ ਰੇਖਾ ਤੋਂ ਦੂਰੀ ਤਾਪਮਨ ਨੂੰ ਕਿਵੇਂ ਪ੍ਰਭਾਵਤ ਕਰਦੀ ਹੈ ਇੱਕ ਸੈਕਿੰਡ ਥੋੜਾ ਜਿਹਾ ਆਪਾਂ ਡਿਜੀਟਲ ਕਰ ਲਈਏ ਇਹਨੂੰ ਡਿਜੀਟਲ ਤਰੀਕੇ ਨਾਲ ਜੇ ਹੋ ਜੇ ਤਾਂ ਚੰਗੀ ਗੱਲ ਹੈ ਹਨਾ ਡਿਜੀਟਲ ਕਰ ਲੈਨੇ ਆਪਾਂ 1 ਸੈਕਿੰਡ ਐਡ ਕਰ ਲੈਨੇ ਇੱਥੇ ਹਲੋਏ ਪ੍ਰਿਥਵੀ ਹੈ ਠੀਕ ਹੈ ਇਹ ਪ੍ਰithvi ਹੈ ਤੁਹਾਡੇ ਸਾਹਮਣੇ ਥੋੜਾ ਜਿਹਾ ਹੋਰ ਇਸ ਨੂੰ ਆਪਾਂ ਹਾਈ ਕਰ ਲੈਨੇ ਆਓ ਜੀ ਇਹ ਪ੍ਰithvi ਹੈ ਹੁਣ ਇਹਦੇ ਵਿੱਚ ਤੁਸੀਂ ਐਂ ਇੱਕ ਚੀਜ਼ ਕਰੋ ਇੱਥੇ ਮੰਨ ਲਓ ਇਹਦੇ ਵਿਚਕਾਰ ਦੀ ਇੱਥੋਂ ਦੀ ਜਮਾ ਠੀਕ ਹੈ ਵਿਚਕਾਰ ਦੀ 0 ਡਿਗਰੀ ਘੁਮਤ ਰੇਖਾ ਲੰਘਦੀ ਹੈ ਜਿਹਨੂੰ ਆਪਾਂ ਬੋਲਦੇ ਆਂ 0 ਡਿਗਰੀ ਘੁਮਤ ਘੁਮਤ ਰੇਖਾ ਲੰਘਦੀ ਹੈ ਹੁਣ ਜਿਹੜੀ ਇਹ ਘੁਮਤ ਰੇਖਾ ਲੰਘਦੀ ਹੈ ਆਪਾਂ ਨੂੰ ਪਤਾ ਹੈ ਕਿ ਘੁਮਤ ਰੇਖਾ ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਨੇ ਆਪਣੇ ਕੋਲੇ ਟਾਪਿਕ ਕੀ ਹੈ ਨੰਬਰ 1 ਤੇ ਕਿ ਤਾਪਮਨ ਨੂੰ ਕੌਣ ਪ੍ਰਭਾਵਿਤ ਕਰਦਾ ਹੈ ਭੂਮਦ ਭੂਮਦ ਰੇਖਾ ਰੇਖਾ ਤੋਂ ਦੂਰੀ ਇਹ ਪ੍ਰਭਾਵਿਤ ਕਰਦੀ ਹੈ ਤਾਪਮਨ ਕਿਵੇਂ ਪ੍ਰਭਾਵਿਤ ਕਰਦੀ ਹੈ ਮੰਨ ਲਓ ਆਪੂ ਭੂਮਦ ਰੇਖਾ ਹੁਣ ਭੂਮਦ ਰੇਖਾ ਵਿਚਕਾਰ ਦੀ ਲੰਗਦੀ ਹੈ ਹੁਣ ਭੂਮਦ ਰੇਖਾ ਤੋਂ ਜਿਹੜੇ ਉੱਪਰ ਖੇਤਰ ਨੇ ਨਜ਼ਦੀਕ ਜਾਂ نیچے ਠੀਕ ਹੈ ਜਦੋਂ ਜਦੋਂ ਆਪਾਂ ਭੂਮਦ ਰੇਖਾ ਤੋਂ ਇੱਥੇਤਰੋਂ ਆਹ ਵੱਲ ਜਿਉਂ ਨੇ ਤਾਪਮਨ ਘਟਦਾ ਹੈ ਤਾਂ ਹੁਣ ਭੂਮਦ ਰੇਖਾ ਦੇ ਜਿੰਨੇ ਖੇਤਰ ਨੇੜੇ ਪਹਿਣਗੇ ਜਿਹੜੇ ਖੇਤਰ ਭੂਮਧਰੀਕਾ ਦੇ ਨੇੜੇ ਪੈਣਗੇ ਮੰਨ ਲਓ ਆਪਣੇ ਇਥੋਂ ਦੀ 23.5 ਡਿਗਰੀ ਜਿਹੜੀ ਰੇਖਾ ਲੰਗਦੀ ਹੈ ਇਥੋਂ ਦੀ ਆਪਾਂ ਮੰਨ ਲਏ ਨੇ ਐਪਰੋਕਸੀਮੇਟਲੀ 23.5 ਡਿਗਰੀ ਜਿਹੜੀ ਕਿ ਕਰਕ ਰੇਖਾ ਮੰਨਦੇ ਆਪਾਂ 23.5 ਡਿਗਰੀ ਉਤਰੀ ਜਿਹੜਾ ਅਕਸ਼ਾਂਸ਼ ਲੰਗਦਾ ਹੈ ਭਾਰਤ ਦੇ ਵਿੱਚ ਦੀ ਉਹ ਭਾਰਤ ਦੇ ਵਿਚਕਾਰ ਦੀ ਲੰਗਦਾ ਇੱਥੇ ਜੇ ਭਾਰਤ ਹੈ ਠੀਕ ਹੈ ਉਹ ਭਾਰਤ ਦੇ ਜਮ ਵਿਚਕਾਰ ਦੀ ਲੰਗਦਾ ਥੱਲੋਂ ਦੀ ਮਕਰ ਰੇਖਾ ਲੰਗਦੀ ਹੈ ਇਹ ਆਪਾਂ ਪਹਿਲਾਂ ਵੀ ਕਰ ਚੁੱਕੇ ਆ ਇਪੋਰਟੈਂਟ ਸਾਰਾ ਟੌਪਿਕ ਹੈਗੇ ਆ ਇਹ ਥੱਲੋਂ ਦੀ ਜਿਹੜੀ 23.5 ਡਿਗਰੀ ਲੰਗਦੀ ਹੈ ਉਹ ਮਕਰ ਰੇਖਾ ਲੰਗ ਇੰਨੇ ਏਰੀਆ ਚ ਤਾਂ ਜਿਹੜਾ ਤਾਪਮਨ ਲਗਭਗ ਗਰਮੀ ਹੀ ਹੁੰਦਾ ਕਹਿਣ ਦਾ ਮਤਲਬ ਹੈ ਭੂਮਾਧ ਰੇਖਾ ਤੇ ਹੁਣ ਜਿਹੜੇ ਨੇੜੇ ਭੂਮਾਧ ਰੇਖਾ ਤੇ ਪੂਰਾ ਤਾਂ ਪੂਰੀ ਅੱਗ ਲੱਗੀ ਰਹਿੰਦੀ ਹੈ ਭੂਮਾਧ ਰੇਖਾ ਤੇ ਇੰਨਾ ਜ਼ਿਆਦਾ ਤਾਪਮਨ ਹੁੰਦਾ ਇੱਥੇ ਬਾਸ਼ਪੀਕਰਨ ਇੰਨਾ ਜ਼ਿਆਦਾ ਹੁੰਦਾ ਕਿਉਂਕਿ ਪਾਣੀ ਗਰਮ ਹੋਈਂਂਦਰਾਂ ਦੇ ਇੱਥੇ ਦੇਖੋ ਭੂਮਾਧ ਰੇਖਾ ਜਿਹੜੀ ਜ਼ਿਆਦਾਤਰ ਸਮੁੰਦਰ ਵਿੱਚ ਦੀ ਲੰਘਦੀ ਹੈ ਠੀਕ ਹੈ ਜਾਂ ਦੱਖਣੀ ਅਫਰੀਕਾ ਅਫਰੀਕਾ ਦੇ ਭਾਗ ਵਿੱਚ ਦੀ ਲੰਘਦੀ ਹੈ ਹੁਣ ਇੱਥੇ ਸਾਰਾ ਦਿਨ ਗਰਮੀ ਪਈ ਜਾਂਦੀ ਰਹਿੰਦੀ ਹੈ ਗਰਮੀ ਜ਼ਿਆਦਾ ਹੁੰਦੀ ਹੈ ਤੇ ਇੱਥੇ ਮੀਂਹ ਵੀ ਬਹੁਤ ਜੋ ਜਿੱਥੇ ਗਰਮੀ ਜ਼ਿਆਦਾ ਹੋ ਉੱਥੇ ਪਾਣੀ ਦਾ ਬਾਸ਼ਪੀਕਰਨ ਜ਼ਿਆਦਾ ਹੋ ਜ਼ਿਆਦਾ ਬਾਸ਼ਪੀ ਕਰਨ ਦੇ ਕਰਕੇ ਉੱਥੇ ਮੀਂਹ ਵੀ ਜ਼ਿਆਦਾ ਬੱਦਲ ਜ਼ਿਆਦਾ ਬਣਦੇ ਮੀਂਹ ਵੀ ਜ਼ਿਆਦਾ ਪੈਂਦਾ ਇੱਥੇ ਮੀਂਹ ਵੀ ਜ਼ਿਆਦਾ ਪੈਂਦਾ ਇੱਥੇ ਗਰਮੀ ਵੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਸੇ ਕਰਕੇ ਭੂਮਧ ਰੇਖਾ ਦੇ ਜਿਹੜੇ ਜਿੰਨੇ ਨੇੜੇ ਦੇ ਇਲਾਕੇ ਆ ਉੱਪਰ 23° ਤੇ ਥੱਲੇ 23° ਵਾਲੇ ਜਿਹੜੇ ਇਲਾਕੇ ਆ ਤੇ ਇੱਥੇ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਇਸ ਲਈ ਅਸੀਂ ਕਹਿੰਦੇ ਆ ਕਿ ਭੂਮਧ ਰੇਖਾ ਤੋਂ ਦੂਰੀ ਜਿਹੜੀ ਤਾਪਮਾਨ ਨੂੰ ਪ੍ਰਭਾਵਿਤ ਕਰਦੀ ਹੈ ਪੈਸੇ ਜ਼ਿਆਦਾਤਰ ਜਿਹੜਾ ਜ਼ਿਆਦਾ ਤਾਪਮਾਨ ਜਿਹੜਾ ਭੂਮਧ ਰੇਖਾ ਤੇ ਹ ਇਕ OS 10 10 ਡਿਗਰੀ 10 ਡਿਗਰੀ ਉੱਪਰ 10 ਡਿਗਰੀ نیچے ਤਾਂ ਇੱਥੇ ਬਹੁਤ ਜ਼ਿਆਦਾ ਜਿਹੜਾ ਤਾਪਮਨ ਪਾਇਆ ਜਾਂਦਾ ਠੀਕ ਹੈ ਸੋ ਇਸੇ ਕਰਕੇ ਅਸੀਂ ਕਹਿੰਦੇ ਆ ਇਹ ਭੂਮਧ ਰੇਖਾ ਤੇ ਕਿਰਨਾਂ ਸਿੱਧੀਆਂ ਪੈਂਦੀਆਂ ਤਾਂ ਤਾਪਮਾਨ ਉੱਥੇ ਜ਼ਿਆਦਾ ਹੁੰਦਾ ਇਸ ਲਈ ਭੂਮਧ ਰੇਖਾ ਦੇ ਜਿੰਨੇ ਇਲਾਕੇ ਨੇੜੇ ਹੋਣਗੇ ਉਹਨਾਂ ਦਾ ਤਾਪਮਾਨ ਜ਼ਿਆਦਾ ਹੋ ਜਿੰਨੇ ਭੂਮਧ ਰੇਖਾ ਤੋਂ ਲੱਕੇ ਦੂਰ ਹੋਣਗੇ ਉਹਨਾਂ ਦਾ ਤਾਪਮਾਨ ਘੱਟ ਹੋਊਗਾ ਤਾਂ ਇੱਥੇ ਜਿਹੜਾ ਉੱਤਰੀ ਧਰੋਵ ਹੈ ਜਾਂ ਨੀਚੇ ਦੱਖਣੀ ਧਰੋਵ ਹੈ ਤਾਂ ਇਹਨਾਂ ਦਾ ਤਾਪਮਾਨ ਬਹੁਤ ਘੱਟ ਹੋਊ ਕਿਉਂਕਿ ਇਹ ਇਹ ਭੂਮਧ ਰੇਖਾ ਤੋਂ ਬਹੁਤ ਦੂਰ ਨੇ ਪਰ ਜਿਹੜੇ ਨੇੜੇ-ਨੇੜੇ ਦੇ ਇਲਾਕੇ ਉੱਥੇ ਤਾਪਮਾਨ ਬਹੁਤ ਜ਼ਿਆਦਾ ਹੋਊਗਾ ਇਹ ਤੁਸੀਂ ਸਮਝ ਗਏ ਠੀਕ ਹੈ ਅਗਲਾ ਆਪਣੇ ਕੋਲ ਇਹ ਨੰਬਰ ਸੀ ਕਿ ਸਮੁੰਦਰ ਤਲ ਤੋਂ ਉਚਾਈ ਸਮੁੰਦਰ ਤਲ ਤੋਂ ਉਚਾਈ ਤਲ ਤੋਂ ਉਚਾਈ ਸਮੁੰਦਰ ਤਲ ਤੋਂ ਉਚਾਈ ਹੈ ਜਿਹੜੀ ਉਹ ਤਾਪਮਨ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਆਪਾਂ ਨੂੰ ਇਹ ਗੱਲ ਪਤਾ ਹੀ ਹੈ ਕਿ ਪਿਛਲੇ ਲੈਕਚਰ ਚ ਪੜਿਆ ਆਪਾਂ ਕਿ ਜਦੋਂ ਆਪਾਂ ਉੱਪਰ ਨੂੰ ਜਾਂਦੇ ਆ ਧਰਤੀ ਤੋਂ ਕਿਉਂਕਿ ਉੱਪਰ ਤਾਪਮਨ ਘਟਣਾ ਸ਼ੁਰੂ ਹੋ ਜਾਂਦਾ ਜਦੋਂ ਆਪਾਂ ਉੱਪਰ ਜਾਂਦੇ ਆ ਤਾਪਮਨ ਘਟਣਾ ਸ਼ੁਰੂ ਹੋ ਜਾਂਦਾ ਤਾਪਮਨ ਘਟਣਾ ਕਿਉਂ ਸ਼ੁਰੂ ਹੁੰਦਾ ਕਿਉਂਕਿ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਉਹ ਸਭ ਤੋਂ ਪਹਿਲਾਂ ਧਰਤੀ ਤੇ ਪੈਂਦੀਆਂ ਨੇ ਧਰਤੀ ਤੇ ਹੀ ਕਾਰਬਨ ਡਾਈਆਕਸਾਈਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਠੀਕ ਹੈ ਧਰਤੀ ਦੀ ਜਿਹੜੀ ਪਹਿਲੀ ਪਰਤ ਹੈ ਇੱਥੇ ਹੀ ਕਾਰਬਨ ਡਾਈਆਕਸਾਈਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਕਾਰਬਨ ਡਾਈਆਕਸਾਈਡ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੂੰ ਸੋਖ ਲੈਂਦੀ ਹੈ ਤੇ ਧਰਤੀ ਗਰਮ ਹੋ ਜਾਂਦੀ ਹੈ ਠੀਕ ਹੈ ਤਾਂ ਇਸ ਲਈ ਧਰਤੀ ਦਾ ਅਲੱਦ ਵਾਲਾ ਪੂਰਾ ਗਰਮ ਹੋ ਜਾਂਦਾ ਪਰ ਜਦੋਂ ਅਸੀਂ ਉੱਪਰ ਜਾਂਦੇ ਹਾਂ ਉੱਪਰ ਕਾਰਬਨ ਡਾਈਆਕਸਾਈਡ ਘੱਟ ਹੁੰਦੀ ਹੈ ਤਾਂ ਉੱਥੇ ਜਿਹੜਾ ਤਾਪਮਨ ਆਟੋਮੈਟਿਕ ਘੱਟ ਜਾਂਦਾ ਕਿਉਂਕਿ ਸੂਰਜ ਦੀਆਂ ਕਿਰਨਾਂ ਸਭ ਤੋਂ ਪਹਿਲਾਂ ਧਰਤੀ ਨੂੰ ਗਰਮ ਕਰਦੀਆਂ ਉੱਪਰ ਉੱਪਰ ਉਹਨਾਂ ਦਾ ਜਿਹੜਾ ਜ਼ਿਆਦਾ ਪ੍ਰਭਾਵ ਨਹੀਂ ਪੈਂਦਾ ਇਸੇ ਕਰਕੇ ਜਿਹੜੇ ਵੀ ਇਲਾਕੇ ਸਮੁੰਦਰ ਧਰਤੀ ਤੇ ਕੋਈ ਵੀ ਖੇਤਰ ਦੀ ਉਚਾਈ ਮਾਪੀ ਜਾਂਦੀ ਆਪਾਂ ਕਹਿੰਦੇ ਵੀ ਮਾਉਂਟ ਐਵਰੇਸਟ 8848 ਜਿਹੜੀ ਮੀਟਰ ਉੱਚੀ ਆ ਠੀਕ 8848 ਮੀਟਰ ਉਚਾਈ ਹੈ ਮਾਉਂਟ ਐਵਰੇਸਟ ਦੀ ਤੋਂ ਸਮੁੰਦਰ ਤਲ ਤੋਂ ਮਾਪੀ ਜਾਂਦੀ ਹੈ ਤਾਂ ਹੁਣ ਜੇ ਦੂਰੋਂ ਜੇ ਦੂਰ ਅਸੀਂ ਧਰਤੀ ਤੋਂ ਉੱਪਰ ਜਾਂਦੇ ਤਾਂ ਤਾਪਮਨ ਘਟਦਾ ਹੈ ਇਸੇ ਕਰਕੇ ਜਿਹੜੀ ਸਮੁੰਦਰ ਤਲ ਤੋਂ ਉਚਾਈ ਮਾਪੀ ਜਾਂਦੀ ਕਿਸੇ ਵੀ ਖੇਤਰ ਦੀ ਜਿੰਨਾ ਖੇਤਰਾਂ ਦੀ ਉਚਾਈ ਸਮੁੰਦਰ ਤਲ ਤੋਂ ਜ਼ਿਆਦਾ ਹੈ ਤਾਂ ਉਹਨਾਂ ਦਾ ਤਾਪਮਨ ਐਕਲੋਮੈਟਿਕ ਘਟ ਹੋਏਗਾ ਇਸ ਲਈ ਅਸੀਂ ਕਹਿੰਦੇ ਹਾਂ ਕਿ ਸਮੁੰਦਰ ਤਲ ਤੋਂ ਉਚਾਈ ਵੀ ਤਾਪਮਨ ਨੂੰ ਕੀ ਕਰਦੀ ਹੈ ਪ੍ਰਭਾਵਿਤ ਕਰਦੀ ਹੈ ਭਾਵ ਇਹੀ ਲਿਖ ਸਕਦੇ ਹਾਂ ਕਿ ਉਚਾਈ ਉਚਾਈ ਤੇ ਜਾਣ ਨਾਲ ਜਾਣ ਨਾਲ ਜਾਣ ਨਾਲ ਤਾਪਮਨ ਘਟਦਾ ਹੈ ਤਾਪਮਨ ਘਟਦਾ ਹੈ ਬਸ ਇਹ ਚੀਜ਼ ਨੂੰ ਯਾਦ ਰੱਖ ਲਿਓ ਕਲੀਅਰ ਉਸ ਤੋਂ ਬਾਅਦ ਅਗਲਾ ਆਪਣੇ ਕੋਲੇ ਪੁਆਇੰਟ ਸੀ ਕਿ ਸਮੁੰਦਰ ਤੋਂ ਦੂਰੀ ਸਮੁੰਦਰ ਤੋਂ ਦੂਰੀ ਇਹ ਵੀ ਤਾਪਮਾਨ ਨੂੰ ਪ੍ਰਭਾਵਿਤ ਕਰਦੀ ਹੈ ਸਮੁੰਦਰ ਤੋਂ ਦੂਰੀ ਤਾਪਮਾਨ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਠੀਕ ਹੈ ਸੋ ਇਹ ਕਲਾਸਾਂ ਜਿਹੜੀਆਂ ਆਪਣੀਆਂ ਐਪ ਦੇ ਵਿੱਚ ਹੀ ਚੱਲਦੀਆਂ ਔਰ ਬਹੁਤ ਸਾਰੇ ਨੂੰ ਇਹ ਲੱਗਦਾ ਕਿ ਕਲਾਸਾਂ ਉੱਪਰ YouTube ਤੇ ਹੈ ਇਹ ਕਲਾਸਾਂ ਐਪ ਦੇ ਵਿੱਚ ਚੱਲਦੀਆਂ ਠੀਕ ਹੈ YouTube ਤੇ ਵੀ ਇਸ ਤਰ੍ਹਾਂ ਦੀਆਂ ਕਲਾਸਾਂ ਜਿਹੜੀਆਂ ਆਪਾਂ ਕਈ ਵਾਰ ਡੈਮੋ ਵਜੇ ਕਰਦਨੇ ਆ ਤਾਂ ਕਿ ਜਿਨ੍ਹਾਂ ਨੇ ਕੋਰਸ ਲੈਣਾ ਆਪਣਾ ਪੀਐਸਟੈਟ ਵਾਲਾ ਤਾਂ ਉਹ ਕੋਰਸ ਲੈ ਸਕਦੇ ਆ ਉੱਥੇ ਜਿਹੜੀ ਇਸ ਤਰ੍ਹਾਂ ਦੀ ਆਪਣੀ ਤਿਆਰੀ ਚੱਲ ਰਹੀ ਆ ਸੋ ਆਪਾਂ ਗੱਲ ਕਰਦੇ ਆ ਸਮੁੰਦਰ ਤੋਂ ਦੂਰੀ ਆਪਾਂ ਨੂੰ ਪਤਾ ਕਿ ਜਿਹੜੇ ਇਲਾਕੇ ਸਮੁੰਦਰ ਦੇ ਨਜ਼ਦੀਕ ਹੁੰਦੇ ਆ ਠੀਕ ਹੈ ਜਮਾ ਨਜ਼ਦੀਕ ਤਾਂ ਉਹ ਇਲਾਕਿਆਂ ਦੇ ਵਿੱਚ ਜਿਹੜਾ ਤਾਪਮਨ ਸਮ ਤਾਪਮਨ ਹੁੰਦਾ ਆ ਆਪਾਂ ਨੂੰ ਪਤਾ ਜਿਵੇਂ ਮੁੰਬਈ ਹੈ ਇਧਰ ਚਨਈ ਹੈ ਠੀਕ ਹੈ ਜਾਂ ਕੇਰਲਾ ਹੈ ਤਮਿਲਨਾਡੂਆ ਉਹ ਇਲਾਕੇ ਸਾਰੇ ਜਿਹੜੇ ਭਾਰਤ ਦੇ ਸਮੁੰਦਰ ਦੇ ਨਜ਼ਦੀਕ ਨੇ ਤਾਂ ਉਹਨਾਂ ਇਲਾਕਿਆਂ ਦੇ ਵਿੱਚ ਕੀ ਹੈ ਉਹਨਾਂ ਦੇ ਇਲਾਕਿਆਂ ਦੇ ਵਿੱਚ ਜਿਹੜਾ ਤਾਪਮਾਨ ਆ ਨਾ ਬਹੁਤ ਹੀ ਸਮ ਹੈ ਨਾ ਤਾਂ ਉੱਥੇ ਗਰਮੀ ਹੈ ਨਾ ਉੱਥੇ ਸਰਦੀ ਹੈ ਠੀਕ ਹੈ ਸਮ ਤਾਪਮਾਨ ਹੁੰਦਾ ਇਸ ਲਈ ਜਦੋਂ ਅਸੀਂ ਸਮੁੰਦਰ ਤੋਂ ਜਿਹੜੇ ਸਾਡੇ ਦੂਰ ਦੇ ਇਲਾਕੇ ਨੇ ਉੱਥੇ ਤਾਪਮਾਨ ਵਧ ਜਾਂਦਾ ਠੀਕ ਹੈ ਉੱਥੇ ਤਾਪਮਾਨ ਕੀ ਹੁੰਦਾ ਵੱਧ ਹੁੰਦਾ ਸਮੁੰਦਰ ਦੇ ਨੇੜਲੇ ਇਲਾਕਿਆਂ ਨਾਲੋਂ ਇਸ ਲਈ ਸਮੁੰਦਰ ਤੋਂ ਦੂਰੀ ਵੀ ਜਿਹੜੀ ਕੀ ਹੈ ਕਿਸੇ ਜਗ੍ਹਾ ਦੇ ਤਾਪਮਨ ਨੂੰ ਪ੍ਰਭਾਵਿਤ ਕਰਦੀ ਹੈ ਸਮੁੰਦਰ ਤੋਂ ਦੂਰੀ ਕਿਸੇ ਜਗ੍ਹਾ ਦੇ ਤਾਪਮਨ ਨੂੰ ਪ੍ਰਭਾਵਿਤ ਕਰਦੀ ਹੈ ਠੀਕ ਹੈ ਇਹ ਚੀਜ਼ ਵੀ ਤੁਸੀਂ ਕਲੀਅਰ ਕਰ ਲਿਓ ਚਲੋ ਅਗਲਾ ਪੁਆਇੰਟ ਅਗਲਾ ਪੁਆਇੰਟ ਕੀ ਹੈ ਇੱਥੇ ਆਪਾਂ ਇੱਕ ਵਾਰੀ ਲਿਖ ਦਿੰਦੇ ਹਾਂ ਥੜਾ ਜਿਹਾ ਨੋਟ ਕਰ ਲਓ ਕਿ ਸਮੁੰਦਰ ਦੇ ਨਜ਼ਦੀਕ ਦੇ ਇਲਾਕਿਆਂ ਦਾ ਤਾਪਮਨ ਸਮੁੰਦਰ ਜਾਂ ਤੱਟਵਰਤੀ ਸਮੁੰਦਰ ਜਾਂ ਤੱਟਵਰਤੀ ਤੱਟਵਰਤੀ ਇਲਾਕੇ ਕਿਹੜੇ ਹੋਣਗੇ ਜਿਹੜੇ ਸਮੁੰਦਰ ਦੇ ਕੋਲੇ ਹੋਣਗੇ ਸਮੁੰਦਰ ਜਾਂ ਤੱਟਵਰਤੀ ਕਿ ਤਰ੍ਹਾਂ ਦਾ ਤਾਪਮਨ ਖੇਤਰਾਂ ਦਾ ਤਾਪਮਨ ਤਾਪਮਨ ਜਾਂ ਤਾਪਮਨ ਨੂੰ ਪੱਜਲਵਾਜੂ ਕਹਿ ਸਕਦੇ ਹਾਂ ਜਲਵਾਜੂ ਸਮ ਹੁੰਦੀ ਹੈ ਠੀਕ ਹੈ ਜਲਵਾਜੂ ਸਮ ਹੁੰਦੀ ਹੈ ਸਮ ਦਾ ਮਤਲਬ ਕਿ ਨਾ ਇੱਥੇ ਜ਼ਿਆਦਾ ਗਰਮੀ ਨਾ ਇੱਥੇ ਜ਼ਿਆਦਾ ਸਰਦੀ ਹੁੰਦੀ ਹੈ ਇਹ ਵੀ ਆਪਾਂ ਪਤਾ ਲੱਗਿਆ ਕਿ ਸਮੁੰਦਰ ਤੋਂ ਦੂਰੀ ਵੀ ਤਾਪਮਨ ਨੂੰ ਪ੍ਰਭਾਵਿਤ ਕਰਦੀ ਹੈ ਅਗਲਾ ਕਾਰਨ ਸੀ ਕਿ ਧਰਤੀ ਦੀ ਸਤ੍ਹਾ ਧਰਤੀ ਦੀ ਸਤ੍ਹਾ ਧਰਤੀ ਦੀ ਸਤ੍ਹਾ ਕਿਵੇਂ ਤਾਪਮਨ ਨੂੰ ਪ੍ਰਾਪਤ ਕਰਦੀ ਹੈ ਜਿਹੜਾ ਰੇਤ ਹੈ ਨਾ ਰੇਤ ਆਮ ਧਰਤੀ ਦੀ ਤੁਹਾਨੂੰ ਜਿਆਦਾ ਗਰਮ ਹੁੰਦਾ ਹੈ ਇਸ ਲਈ ਅਸੀਂ ਕਹਿੰਦੇ ਹਾਂ ਕਿ ਜਿੱਥੇ ਰਤੀਲੀ ਧਰਤੀ ਹੈ ਜਿੱਥੇ ਰੇਤ ਹੈ ਤਾਂ ਉੱਥੇ ਤਾਪਮਨ ਜਿਆਦਾ ਹੁੰਦਾ ਹੈ ਇਸ ਲਈ ਜਿਹੜੇ ਮਾਰੂਥਲੇ ਇਲਾਕੇ ਹੈ ਤਾਂ ਉੱਥੇ ਰੇਤ ਦੇ ਕਣ ਗਰਮੀ ਜਿਆਦਾ ਫੜਦੇ ਆ ਤਾਂ ਧਰਤੀ ਦੀ ਸਤ੍ਹਾ ਜੇਕਰ ਰੇਤਲੀ ਹੈ ਤਾਂ ਉੱਥੇ ਗਰਮੀ ਜਿਆਦਾ ਹੋਊ ਠੀਕ ਹੈ ਤਾਂ ਇਸ ਲਈ ਕਹਿੰਦੇ ਆ ਰੇਤਲੀ ਰੇਤ ਰਤੀਲੀ ਜਿਹੜਾ ਕਹਿ ਸਕਦੇ ਆ ਸਤਾ ਵਾਲੀ ਵਾਲਾ ਖੇਤਰ ਵਾੜਾ ਖੇਤਰ ਠੀਕ ਹੈ ਜਿਆਦਾ ਗਰਮ ਹੁੰਦਾ ਹੈ ਕੀ ਹੁੰਦਾ ਜਿਆਦਾ ਗਰਮ ਹੁੰਦਾ ਹੈ ਤਾਂ ਇਹਦਾ ਮਤਲਬ ਤੁਸੀਂ ਸਮਝ ਗਏ ਕਿ ਰੇਤ ਦੇ ਕਾਣਾ ਜਿਹੜੇ ਉਹ ਗਰਮੀ ਨੂੰ ਜਿਆਦਾ ਸੋਖਦੇ ਐ ਇਸੇ ਕਰਕੇ ਮਾਰੂਥਲ ਜਿਆਦਾ ਗਰਮ ਹੁੰਦੇ ਨੇ ਮੈਦਾਨੀ ਇਲਾਕਿਆਂ ਦੇ ਨਾਲੋਂ ਠੀਕ ਹੈ ਮੈਦਾਨੀ ਇਲਾਕਿਆਂ ਨਾਲੋਂ ਮਾਰੂਥਲ ਜਿਆਦਾ ਗਰਮ ਹੁੰਦੇ ਆ ਤਾਂ ਧਰਤੀ ਦੀ ਸਤਾ ਜਾਂ ਧਰਤੀ ਦੀ ਕਿਸਮ ਵੀ ਕੀ ਕਰਦੀ ਐ ਤਾਪਮਾਨ ਨੂੰ ਪ੍ਰਭਾਵਿਤ ਕਰਨ ਦਾ ਵਾਲਾ ਤੱਤ ਹੈ ਢਲਾਣਾ ਦਾ ਰੁੱਖ ਢਲਾਣਾ ਦਾ ਰੁੱਖ ਕਿਵੇਂ ਇਹ ਤੁਹਾਨੂੰ ਮੈਂ ਦੱਸ ਦਿੰਦਾ ਢਲਾਣਾ ਦਾ ਰੁੱਖ ਟਲਾਣਾ ਦਾ ਰੁਖ ਰੁਖ ਦਾ ਮਤਲਬ ਉਹ ਰੁਖਣੀ ਜਿਹੜਾ ਆਪਾਂ ਦਰਖਤ ਦੀ ਗੱਲ ਕਰਦੇ ਆਂ ਟਲਾਣਾ ਦਾ ਰੁਖੀ ਦਾ ਮਤਲਬ ਕੀ ਹੈ ਦੇਖੋ ਮੰਨ ਲਓ ਜੇ ਆਪਾਂ ਦੇਖਿਆ ਜਾਵੇ ਕਿ ਟਲਾਣਾ ਕਿੱਥੇ ਹੁੰਦੀਆਂ ਪਹਾੜਾਂ ਤੇ ਹੁੰਦੀਆਂ ਨਾ ਟਲਾਣਾ ਮੈਦਾਨਾਂ ਚ ਤਾਂ ਨਹੀਂ ਹੁੰਦੀਆਂ ਨਾ ਮੰਨ ਲਓ ਕੋਈ ਪਹਾੜ ਹੈ ਠੀਕ ਹੈ ਇਸ ਤਰ੍ਹਾਂ ਦਾ ਪਹਾੜ ਹੈ ਇਸ ਤਰ੍ਹਾਂ ਪਹਾੜ ਬਣੇ ਹੋਏ ਆ ਤਾਂ ਪਹਾੜਾਂ ਦੇ ਵਿੱਚ ਜੇਕਰ ਗੱਲ ਕੀਤੀ ਸੂਰਜ ਇਧਰੋਂ ਨਿਕਲਦਾ ਠੀਕ ਹੈ ਸੂਰਜ ਇਧਰੋਂ ਨਿਕਲਦਾ ਠੀਕ ਹੈ ਜੋ ਸੂਰਜ ਨਿਕਲਦਾ ਤਾਂ ਸੂਰਜ ਦੇ ਜਿਹੜੀਆਂ ਤਿੱਖੀਆਂ ਢਲਾਣਾ ਨੇ ਠੀਕ ਹੈ ਜੋ ਸੂਰਜ ਦੇ ਸਾਹਮਣੇ ਵਾਲੇ ਪਾਸੇ ਹੈ ਠੀਕ ਹੈ ਉਧਰ ਕੀ ਹੈ ਗਰਮੀ ਜ਼ਿਆਦਾ ਹੋਊਗੀ ਔਰ ਜੋ ਸੂਰਜ ਦੀਏ ਉਲਟ ਵਾਲੇ ਪਾਸੇ ਹੈ ਉਲਟ ਢਲਾਣਾ ਦੇ ਵਿੱਚ ਉਧਰ ਕੀ ਹੈ ਗਰਮੀ ਘੱਟ ਹੋਊਗੀ ਤਾਂ ਇਸ ਲਈ ਜਿਹੜੀਆਂ ਕਿਸੇ ਵੀ ਪਰਬਤ ਪਠਾਰ ਦੀਆਂ ਜਿਹੜੀਆਂ ਢਲਾਣਾ ਨੇ ਉਹ ਕੀ ਹੈ ਗਰਮੀ ਨੂੰ ਕੀ ਕਰਦੀਆਂ ਨੇ ਪ੍ਰਭਾਵਿਤ ਕਰਦੀਆਂ ਕਹਿੰਦੇ ਨਾਲ ਤਾਪਮਾਨ ਨੂੰ ਪ੍ਰਭਾਵਿਤ ਕਰਦੀਆਂ ਠੀਕ ਹੈ ਤਾਂ ਢਲਾਣਾ ਦਾ ਰੁਖ ਵੀ ਤਾਪਮਾਨ ਨੂੰ ਕੀ ਕਰਦਾ ਪ੍ਰਭਾਵਿਤ ਕਰਦਾ ਇਸ ਤਰ੍ਹਾਂ ਦੀ ਚੀਜ਼ ਨੂੰ ਤੁਸੀਂ ਸਮਝ ਸਕਦੇ ਹੋ ਕਿ ਸਿੱਧੀਆਂ ਢਲਾਨਾਂ ਤੇ ਗਰਮੀ ਜ਼ਿਆਦਾ ਹੁੰਦੀ ਹੈ ਜੋ ਸੂਰਜ ਦੇ ਵੱਲ ਢਲਾਨਾ ਹੁੰਦੀਆਂ ਇੱਥੇ ਲਿਖ ਸਕਦੇ ਆ ਸੂਰਜ ਦੇ ਵੱਲ ਢਲਾਨਾ ਢਲਾਨਾ ਬਾਲੇ ਖੇਤਰ ਸੂਰਜ ਦੇ ਵੱਲ ਢਲਾਨਾ ਵਾਲੇ ਖੇਤਰ ਖੇਤਰ ਜ਼ਿਆਦਾ ਗਰਮ ਹੁੰਦੇ ਆ ਜ਼ਿਆਦਾ ਗਰਮ ਹੁੰਦੇ ਆ ਜ਼ਿਆਦਾ ਗਰਮ ਜ਼ਿਆਦਾ ਗਰਮ ਠੀਕ ਹੈ ਔਰ ਇਸ ਦੇ ਉਲਟ ਦੂਸਰੇ ਖੇਤਰ ਠੰਡੇ ਇਸ ਦੇ ਉਲਟ ਇਸ ਦੇ ਉਲਟ ਦੂਜੇ ਢਲਾਣਾ ਵਾਲੇ ਖੇਤਰ ਢਲਾਣਾ ਵਾਲੇ ਖੇਤਰ ਠੰਡੇ ਹੁੰਦੇ ਆ ਖੇਤਰ ਠੰਡੇ ਹੁੰਦੇ ਆ ਠੀਕ ਹੈ ਇਹ ਤੁਸੀਂ ਕਲੀਅਰ ਕਰ ਲਿਓ ਚਲੋ ਜੀ ਅੱਗੇ ਚੱਲਦੇ ਆਂ ਅਗਲਾ ਆਪਣੇ ਕੋਲੇ ਟੌਪਿਕ ਸੀ ਬੱਦਲ ਤੇ ਵਰਖਾ ਇਹ ਤਾਂ ਬਿਲਕੁਲ ਸਿੰਪਲ ਚੀਜ਼ ਆ ਜਦੋਂ ਮੀਂਹ ਪੈਣ ਲੱਗਦਾ ਅਗਲਾ ਝੱਗੇ ਲਾ ਲੈਂਦਾ ਬਿੰਦਾ ਹੁਣ ਇਹ ਠੰਡ ਹੋ ਗਈ ਪਹਿਲਾ ਦਿਨ ਇੰਨੀ ਗਰਮੀ ਹੁੰਦੀ ਆ ਮੁੜ ਕੇ ਮੁੜ ਕੇ ਹੋਏ ਪਏ ਹੁੰਦੇ ਪਸੀਨਾ ਚੋਈ ਜਾਂਦਾ ਹੁੰਦਾ ਹਰ ਕਿਤੇ ਇੱਧਰ ਕਿਤੇ ਲਾਈਟ ਪਾਜੇ ਕਈ ਵਾਰੀ ਪਿੰਡਾਂ ਚ ਤਾਂ ਇਹ ਹੁੰਦਾ ਹੈ ਲਾਈਟ ਪਾਜ ਜਾਂਦੀ ਹੈ ਕਿਤੇ ਇੱਧਰ ਕਿਤੇ ਉੱਧਰ ਯਾਰ ਹੁਣ ਬੈਠੀ ਕਿੱਥੇ ਫਿਰ ਕਈ ਵਾਰੀ ਦਰਖਤ ਵੀ ਘਰਾ ਜੋ ਪੱਟੀ ਬੈਠਿਆ ਹੁਣ ਤਾਂ ਵੱਡੀਆਂ ਵੱਡੀਆਂ ਕੋਠੀਆਂ ਪਾ ਰੱਖੀਆਂ ਠੀਕ ਹੈ ਜਿਹੜੇ ਦਰਖਤ ਨੇ ਉਹ ਖਤਮ ਕਰ ਰੱਖਿਆ ਤਾਂ ਫਿਰ ਗਰਮੀ ਆਉਂਦੀ ਆ ਫਿਰ geke ਦੇ ਦਿੰਦੇ ਨਾ ਤਾਂ ਉਹ ਕਈ ਵਾਰੀ ਫਿਰ ਤਾਪਮਨ ਇੰਨਾ ਚੇਂਜ ਹੋ ਜਾਂਦਾ ਕਿ ਮੀਂਹ ਪੈਣ ਲੱਗ ਜਾਂਦਾ ਬੱਦਲ ਆ ਜਾਂਦੇ ਆ ਠੀਕ ਹੈ ਇਸ ਲਈ ਬੱ ਅਤੇ ਵਰਖਾ ਅਤੇ ਵਰਖਾ ਤਾਪਮਾਨ ਨੂੰ ਕੀ ਕਰਦੇ ਨੇ ਪ੍ਰਭਾਵਿਤ ਕਰਦੇ ਨੇ ਠੀਕ ਹੈ ਜਦੋਂ ਬੱਦਲ ਤੇ ਵਰਖਾ ਹੁੰਦੀ ਹੈ ਤਾਂ ਤਾਪਮਾਨ ਆਟੋਮੈਟਿਕ ਹੀ ਘਟ ਜਾਂਦਾ ਆਪਾਂ ਨੂੰ ਪਤਾ ਹੈ ਬੱਦਲ ਕੀ ਹੈ ਜਿਹੜੀਆਂ ਸੂਰਜ ਦੀਆਂ ਕਿਰਨਾਂ ਡਾਇਰੈਕਟ ਧਰਤੀ ਤੇ ਪੈਂਦੀਆਂ ਉਹਨਾਂ ਨੂੰ ਆਪਣੇ ਵਿੱਚ ਜਵਜ ਜਵਜ ਕਰ ਲੈਂਦੇ ਆ ਆਪਣੇ ਵਿੱਚ ਸੋਖ ਲੈਂਦੇ ਇਸ ਕਰਕੇ ਧਰਤੀ ਦਾ ਤਾਪਮਾਨ ਘਟ ਜਾਂਦਾ ਠੀਕ ਹੈ ਬੱਦਲ ਤੇ ਵਰਖਾ ਕਰਕੇ ਤਾਪਮਾਨ ਘਟਦਾ ਹੈ ਬਹੁਤ ਸਾਰੇ ਮੀਂਹ ਜਨੌਨ ਵੀ ਲੱਗ ਜਾਂਦੇ ਹਨ ਜਦੋਂ ਤਾਪਮਾਨ ਘਟਦਾ ਹੈ ਇਹ ਵੀ ਕਾਰਨ ਹੈ ਇਹ ਵੀ ਇੱਕ ਤੱਤ ਹੈ ਕਿ ਬੱਦਲ ਤੇ ਵਰਖਾ ਵੀ ਤਾਪਮਾਨ ਨੂੰ ਘਟਾਉਂਦੇ ਆ ਅਗਲਾ ਟੋਪਿਕ ਅਗਲਾ ਆਪਣੇ ਕੋਲ ਟੋਪਿਕ ਹੈ ਸਮੁੰਦਰੀ ਧਰਾਵਾ ਸਮੁੰਦਰੀ ਧਰਾਵਾ ਇਹ ਵੀ ਤਾਪਮਾਨ ਨੂੰ ਕੀ ਕਰਦੀਆਂ ਨੇ ਪ੍ਰਭਾਵਿਤ ਕਰਦੀਆਂ ਸਮੁੰਦਰੀ ਧਰਾਵਾ ਇਹ ਦੋ ਤਰ੍ਹਾਂ ਦੀਆਂ ਹੁੰਦੀਆਂ ਇੱਕ ਹੁੰਦੀਆਂ ਗਰਮ ਇੱਕ ਹੁੰਦੀਆਂ ਨੇ ਗਰਮ ਔਰ ਦੂਸਰੀਆਂ ਹੁੰਦੀਆਂ ਠੰਡੀਆਂ ਠੀਕ ਹੈ ਦੂਸਰੀਆਂ ਹੁੰਦੀਆਂ ਠੰਡੀਆਂ ਤਾਂ ਇਹਨਾਂ ਬਾਰੇ ਆਪਾਂ ਅਗਲੇ ਲੈਕਚਰ ਚ ਕਰਾਂਗੇ ਜੋ ਕਿ ਐਪ ਉੱਪਰ ਚੱਲੇਗਾ ਠੀਕ ਹੈ ਸੋ ਗਰਮ ਤੇ ਠੰਡੀਆਂ ਧਰਾਵਾਂ ਆਪਾਂ ਨੂੰ ਆਟੋਮੈਟਿਕ ਹੀ ਪਤਾ ਜਿੱਥੇ ਜਿਸ ਮਹਾਦੀਪ ਕੋਲੇ ਜਾਂ ਜਿਸ ਇਲਾਕੇ 'ਚ ਗਰਮ ਧਾਰਾ ਬਹੂਗੀ ਉੱਥੇ ਗਰਮ ਤਾਪਮਨ ਜ਼ਿਆਦਾ ਹੋਊ ਜਿੱਥੇ ਠੰਡੀਆਂ ਧਰਾਵਾਂ ਹੋਣਗੀਆਂ ਉੱਥੇ ਤਾਪਮਨ ਠੰਡਾ ਹੋਊਗਾ ਸਿੱਧਾ ਹੀ ਹਿਸਾਬ ਹੈ ਜੇ ਉੱਥੇ ਠੰਡੀ ਹਵਾ ਚੱਲੂ ਜਿੱਥੇ ਗਰਮ ਧਰਾਵਾਂ ਵਹਿੰਦੀਆਂ ਸਮੁੰਦਰ ਦੀਆਂ ਉੱਥੇ ਗਰਮ ਹਵਾ ਚੱਲੂ ਤਾਂ ਇਹ ਬਹੁਤ ਇੰਪੋਰਟੈਂਟ ਆ ਧਰਾਵਾਂ ਦਾ ਟੌਪਿਕ ਇਹ ਪੁੱਛਿਆ ਜਾਂਦਾ ਕਿਹੜੀ ਧਰਾ ਗਰਮ ਹੈ ਕਿਹੜੀ ਠੰਡੀ ਹੈ ਲਾਬਾਡੋਰ ਧਾਰਾ ਮੋਜਬਿਕ ਧਾਰਾ ਕਨੇਰੀ ਦੀ ਧਾਰਾ ਠੀਕ ਹੈ ਕਿਹੜੇ ਸਾਗਰ ਵਿੱਚ ਕਿਹੜੀ ਧਾਰਾ ਬੈੰਦੀ ਹੈ ਪ੍ਰਸ਼ਾਂਤ ਮਹਾਸਾਗਰ ਵਿੱਚ ਕਿਹੜੀਆਂ ਧਰਾਵਾਂ ਬੈੰਦੀਆਂ ਉਹ ਦੱਖਣੀ ਅਟਲੈਂਟਿਕ ਸਾਗਰ ਦੀ ਕਿਹੜੇ ਤਾਰਾ ਉਤਰੀ ਅਟਲੈਂਟਿਕ ਸਾਗਰ ਦੀਆਂ ਕਿਹੜੀਆਂ ਧਰਾਵਾਂ ਨੇ ਤਾਂ ਇਥੋਂ ਬਹੁਤ ਇੰਪੋਰਟੈਂਟ ਜਿਹੜਾ ਕੁਐਸਚਨ ਪੁੱਛੇ ਜਾਂਦੇ ਆ ਡਾਇਰੈਕਟ ਸੋ ਆਪਾਂ ਨੈਕਸਟ ਜਿਹੜਾ ਲੈਕਚਰ ਹੋਏਗਾ ਉਸ ਦੇ ਵਿੱਚ ਕਰਾਂਗੇ ਠੀਕ ਹੈ ਜੀ ਸੋ ਥੈਂਕ ਯੂ ਟੇਕ ਕੇਅਰ ਕਲਾਸ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰੋ ਔਰ ਜੇਕਰ ਤੁਸੀਂ ਆਪਣਾ ਕੋਰਸ ਐਪ ਦੇ ਉੱਪਰ ਖਰੀਦਣਾ ਚਾਹੁੰਦੇ ਹੋ ਕੋਰਸ ਲੈਣਾ ਚਾਹੁੰਦੇ ਹੋ ਇਹ ਡੈਮੋ ਕਲਾਸ ਸੀ ਆਪਣੀ ਠੀਕ ਹੈ ਵਧੀਆ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰਿਓ ਔਰ ਆਪਣੇ ਕੋਰਸ ਤੁਸੀਂ ਇਨਵੋਲਵ ਹੋ ਜਿੱਥੇ ਤੁਹਾਨੂੰ ਇਹ ਨੋਟਸ ਵੀ ਉੱਥੇ ਦਿੱਤੇ ਜਾ ਰਹੇ ਆ ਤੁਹਾਨੂੰ ਇਹ ਵੀਡੀਓ ਲੈਕਚਰ ਵੀ ਦਿੱਤੇ ਜਾ ਰਹੇ ਆ ਠੀਕ ਆ ਪੂਰਾ ਸਲੇਬਸ ਲਗਭਗ ਆਪਾਂ 65% ਸਲੇਬਸ ਆਪਾਂ ਕੰਪਲੀਟ ਕਰ ਲਿਆ ਔਰ ਪੰਜ ਚਾਰ ਦਿਨਾਂ ਚ ਆਪਾਂ ਜਿਹੜਾ ਪੂਰਾ ਸਲੇਬਸ ਕੰਪਲੀਟ ਕਰ ਦਾਂਗੇ ਉੱਥੇ ਵੀ ਸੋ ਹੋ ਸਕਦਾ ਪੀ ਸਟਾਰਟ ਅੱਗੇ ਹੋ ਜਾਏ ਫਿਰ ਤਾਂ ਬੱਲੇ ਬੱਲੇ ਵਾਲਾ ਕੰਮ ਹੈ ਠੀਕ ਹੈ ਫਿਰ ਤਾਂ ਆਪਾਂ ਬਹੁਤ ਹੀ ਹੋਰ ਬੈਸਟ ਤਰੀਕੇ ਨਾਲ ਜਿਹੜਾ ਸਿਸਟਮ ਕਰਾ ਦ ਔਰ ਕਿਸ ਨਾਲ ਤੱਕ ਕਾਣੀ ਬਾਤ ਕੋਈ ਕਹ ਦੇ ਸੰਤ ਉਹ ਨਹੀਂ ਮਿਲਿਆ ਨਹੀਂ ਮਿਲਿਆ ਠੀਕ ਹੈ ਅਸੀਂ ਜਿੰਨਾ ਕਿ ਪੜਾਉਣਾ ਜਾਣਦੇ ਬਸ ਉਨਾ ਕੀ ਅਸੀਂ ਪੜਾਉਨੇ ਆ ਜਿਆਦਾ ਸਾਨੂੰ ਕੋਈ ਪੜਾਉਣਾ ਆਉਂਦਾ ਨਹੀਂ ਠੀਕ ਹੈ ਨਾ ਹੀ ਕੋਈ ਸਾਡਾ ਐਕਸਪੀਰੀਅੰਸ ਹੈ ਠੀਕ ਹੈ ਔਰ ਬਸ ਅਸੀਂ ਇਹ ਹੈ ਕਿ ਅਸੀਂ ਪੜਾਉਣਾ ਜਾਣਦੇ ਤੇ ਸਮਝਾਉਣਾ ਜਾਣਦੇ ਆ ਜਿਹਨੂੰ ਇੱਛਾ ਹੈਗੀ ਆ ਤੋ ਪੜ ਸਕਦਾ ਹੈ ਉਹ ਆਪਣਾ ਕੋਰਸ ਨੂੰ ਜੁਆਇਨ ਕਰ ਸਕਦਾ ਠੀਕ ਹੈ ਐਪ ਨੂੰ ਡਾਊਨਲੋਡ ਕਰਕੇ ਐਪ ਦਾ ਨਾਮ ਹੈ MSWU ਸਟਡੀ ਠੀਕ ਹੈ MSWU ਸਟਡੀ ਠੀਕ ਹੈ ਜੀ ਤੋ ਬਾਕੀ ਹਰ ਇੱਕ ਦਾ ਆਪੋ ਆਪਣਾ ਥਿਊ ਹੁੰਦਾ ਸੋ ਜਰੂਰ ਵੀਊ ਦਿਓ ਕਮੈਂਟ ਕਰੋ ਸ਼ੇਅਰ ਕਰੋ ਲਾਈਕ ਕਰੋ ਜੇਕਰ ਤੁਹਾਨੂੰ ਇਸ ਕਲਾਸ ਦੇ ਵਿੱਚ ਕੁਝ ਸਿੱਖਣ ਨੂੰ ਮਿਲਿਆ ਠੀਕ ਹੈ ਜੀ ਬਾਏ ਬਾਏ ਟੇਕ ਕੇਅਰ